ਇਸ ਬਜਟ ਨੂੰ ਕਿਵੇਂ ਸਮਝਦੇ ਨੇ। ਸਾਡੇ ਨਾਲ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੌਜੂਦ ਹੈ। ਚੰਦੂ ਮਾਜਰਾ ਸਾਹਿਬ, ਕਿਵੇਂ ਦੇਖਦੇ ਹੋ ਇਸ ਬਜਟ ਨੂੰ? ਪਹਿਲੀ ਟਿੱਪਣੀ ਤੁਹਾਡੀ ਕਿ ਬੀਜੇਪੀ ਕਹਿੰਦੀ ਹੈ ਕਿ ਦੇਸ਼ ਦੇ ਹਿੱਤ ਦਾ ਬਜਟ ਹੈ ਜਿਹੜਾ ਉਹ ਪੇਸ਼ ਕੀਤਾ। ਦੇਸ਼ ਦੇ ਹਿੱਤ ਦਾ ਨਹੀਂ, ਤੁਸੀਂ ਇਹਨੂੰ ਮੈਂ ਕਹਿ ਸਕਦਾ ਇੰਡੀਆ ਦੀ ਪ੍ਰੋਟੈਕਸ਼ਨ ਦਾ ਬਜਟ ਕਹਿ ਸਕਦੇ ਹਾਂ। ਔਰ ਸਹੀ ਮਾਇਨੇ ਵਿੱਚ ਪੰਜਾਬ ਨੂੰ ਬਹੁਤ ਵੱਡੀ ਨਿਰਾਸ਼ਾ ਹੋਈ ਆ। ਪੰਜਾਬ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਪੰਜਾਬ ਦਾ ਕੋਈ ਬਾਲੀ ਵਾਰਸ ਨਹੀਂ ਰਿਹਾ ਕੇਂਦਰ ਦੇ ਵਿੱਚ, ਔਰ ਜਿਨ੍ਹਾਂ ਦੇ ਵਾਰਸ ਆ ਉਹ ਸਾਰਾ ਕੁਛ ਲੈ ਗਏ। ਵੈਸੇ ਤਾਂ ਇਹ ਪ੍ਰਭਾਵ ਦੇ ਰਿਹਾ ਬਜਟ, ਜਿਵੇਂ ਕਹਿੰਦੇ ਅੰਨਾ ਵੰਡੇ ਸੀਰ ਨਹੀਂ, ਮੁੜ ਮੁੜ ਘਰਦਿਆਂ ਨੂੰ, ਮਤਲਬ ਆਪਣਿਆਂ ਨੂੰ ਹੀ ਝੋਲੀਆਂ ਭਰਤੀਆਂ, ਭਾਵੇਂ ਬਿਹਾਰ ਵਾਲੇ ਨੇ ਭਾਵੇਂ ਆਂਧਰਾ ਵਾਲੇ ਨੇ। ਅਤੇ ਪੰਜਾਬ ਵਰਗਾ ਸਰਹੱਦੀ ਸੂਬਾ ਜਿਹਦੀ ਬੜੀ ਅਹਿਮੀਅਤ ਆ ਦੇਸ਼ ਦੀ ਆਰਥਿਕਤਾ ਵਿੱਚ ਵੀ, ਦੇਸ਼ ਦੇ ਆਜ਼ਾਦੀ ਦੇ ਸੰਗਰਾਮ ਵਿੱਚ ਵੀ, ਦੇਸ਼ ਦੀ ਭੁੱਖਮਰੀ ਦੂਰ ਕਰਨ ਵਿੱਚ ਵੀ, ਔਰ ਵੱਡੀ ਗੱਲ ਇਹ ਆ ਵੀ ਪੰਜਾਬ ਨੇ ਨੁਕਸਾਨ ਉਠਾਏ ਨੇ ਆਜ਼ਾਦੀ। ਸਾਰੇ ਦੇਸ਼ ਦੇ ਵਿੱਚ ਭੰਗੜੇ ਖੁਸ਼ੀਆਂ ਮੰਨੀਆਂ ਆਈਆਂ ਸੀ ਜਦੋਂ ਆਜ਼ਾਦ ਹੋਇਆ ਮੁਲਕ, ਇੱਥੇ ਕੀਰਨੇ ਪਏ ਸੀ ਅਤੇ ਹੁਣ ਵੀ ਆਜ਼ਾਦੀ ਤੋਂ ਬਾਅਦ ਵੀ ਇੱਥੇ ਸਰਹੱਦਾਂ 'ਤੇ ਖੂਨ ਡੁੱਲਦਾ। ਪਰ ਪੰਜਾਬ ਦੀ ਸਰਹੱਦਾਂ 'ਤੇ ਰਾਖੀ ਕਰਨ ਦੇ ਬਾਵਜੂਦ ਵੀ, ਭੁੱਖਮਰੀ ਦੂਰ ਕਰਨ ਦੇ ਵਿੱਚ ਅਹਿਮ ਰੋਲ ਅਦਾ ਕਰਨ ਦੇ ਬਾਵਜੂਦ ਵੀ, ਪੰਜਾਬ ਨੂੰ ਕੋਈ ਵਿਸ਼ੇਸ਼ ਤੌਰ 'ਤੇ ਕੋਈ ਮਦਦ ਦੇ ਤੌਰ 'ਤੇ ਕੋਈ ਨਹੀਂ ਕੀਤਾ ਗਿਆ। ਇਹ ਬਜਟ ਦੇ ਵਿੱਚ ਤਾਂ ਬਿਲਕੁਲ ਹੀ ਨਿਰਾਸ਼ਾ ਹੋਈ ਆ। ਕਿਸਾਨਾਂ ਨੂੰ ਆਸ ਸੀ ਵੀ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮਤਲਬ ਸ਼ੁਰੂ ਕੀਤੀ ਹੋਈ ਆ ਕਿਸਾਨਾਂ ਦੀ ਮਦਦ 'ਤੇ, ਉਹਦੇ ਵਿੱਚ ਵਾਧਾ ਕੀਤਾ ਜਾਊਗਾ, ਨਾ ਤਾਂ ਉਹ ਵਾਧਾ ਹੋਇਆ। ਅਤੇ ਨਾਲ ਨਾਲ ਇਹ ਵੀ ਸੀ ਵੀ ਐਗਰੀਕਲਚਰ ਸੈਕਟਰ ਨੂੰ ਉੱਚਾ ਚੁੱਕਣ ਲਈ ਕੋਈ ਨਾ ਕੋਈ ਰਾਹਤ ਦਿੱਤੀ ਜਾਏਗੀ, ਕਿਉਂਕਿ ਸਭ ਤੋਂ ਵੱਡਾ ਜਿਹੜਾ ਇਕਨੋਮਿਕ ਸਰਵੇ ਆ, ਇਕਨੋਮਿਕ ਸਰਵੇ ਦੇ ਮੁਤਾਬਕ ਹੀ ਮੈਂ ਸਮਝਦਾ ਵੀ ਪਾਣੀ ਦੀ ਬੱਚਤ ਲਈ, ਪਾਣੀ ਦੀ ਮੈਕਸੀਮਮ ਯੂਟੀਲਾਈਜੇਸ਼ਨ ਲਈ ਪ੍ਰੋਪਰ ਤਰੀਕੇ ਨਾਲ ਕੋਈ ਨਾ ਕੋਈ ਬੰਦੋਬਸਤ ਹੋਣੇ ਚਾਹੀਦੇ ਸੀ। ਅੱਛਾ, ਬੀਜੇਪੀ ਦੇ ਆਗੂ ਨੇ ਅੱਜ ਨਾ ਜੀ ਪ੍ਰੈਸ ਕਾਨਫਰੰਸ ਕੀਤੀ ਆ, ਉਹ ਕਹਿੰਦੇ ਨੇ ਕਿ ਜੇ ਪੰਜਾਬ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਚੁਣ ਕੇ ਭੇਜੇ ਹੁੰਦੇ ਤਾਂ ਕਹਿੰਦੇ ਫਿਰ ਪੰਜਾਬ ਨੂੰ ਬਹੁਤ ਫਾਇਦਾ ਮਿਲ ਜਾਂਦਾ। ਉਹ ਆਉਂਦੇ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਉੱਥੇ ਕੋਈ ਹੈ ਨਹੀਂ ਸੀ, ਇਸ ਚੀਜ਼ ਨੂੰ ਕਿਵੇਂ ਸਮਝੀਏ? ਇਹਦੇ ਤਾਂ ਕੋਈ ਦੋ ਰਾਵਾਂ ਨਹੀਂ, ਜਿੱਥੇ ਵਕੀਲ ਹੋਊਗਾ ਤਾਂ ਹੀ ਕਿਤੇ ਕੇਸ ਜੱਜ ਆਪਣੇ ਹੱਕ 'ਚ ਕਰੇਗਾ। ਪਰ ਕੁੱਲ ਮਿਲਾ ਕੇ ਵੈਸੇ ਪੰਜਾਬ ਦਾ ਭਾਵੇਂ ਕੋਈ ਨਾ ਵੀ ਹੋਵੇ, ਆਪਣੇ ਤੌਰ 'ਤੇ ਵੀ ਹੀ ਕੇਂਦਰ ਸਰਕਾਰ ਨੂੰ ਮਤਲਬ ਪੰਜਾਬ ਦੀ ਅਹਿਮੀਅਤ ਸਮਝਦੇ ਹੋਏ ਕੁਛ ਨਾ ਕੁਛ ਕਰਨਾ ਚਾਹੀਦਾ ਸੀ। ਇਹਦੇ ਤਾਂ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਦਾ ਉੱਥੇ ਕੋਈ ਕਹਿਣ ਵਾਲਾ ਹੀ ਨਹੀਂ ਹੈ, ਕਰਨ ਵਾਲਾ ਹੀ ਨਹੀਂ ਹੈ। ਕੋਈ ਜੇ ਵਕੀਲ ਹੀ ਨਹੀਂ ਹੋਊ, ਜੱਜ ਫੈਸਲਾ ਉਹਦੇ ਹੱਕ 'ਚ ਕਿਵੇਂ ਕਰੇਗਾ? ਅੱਜ ਮੈਂ ਸਮਝਦਾ ਪੰਜਾਬ ਨੂੰ ਅੱਜ ਜਿਹੜੀ ਨਿਰਾਸ਼ਾ ਹੋਈ ਆ ਇਹਦਾ ਇੱਕ ਵੱਡਾ ਕਾਰਨ ਇਹ ਵੀ ਹੈ। ਪਰ ਕੁੱਲ ਮਿਲਾ ਕੇ ਅਸੀਂ ਉਮੀਦ ਕਰਦੇ ਹੁੰਦੇ ਹਾਂ ਵੀ ਸਾਰਿਆਂ ਨੂੰ ਬਰਾਬਰਤਾ ਦੀ ਗੱਲ ਤਾਂ ਕਿਤੇ ਨਾ ਕਿਤੇ ਹੁੰਦੀ ਆ, ਹਰ ਸੂਬੇ ਨੂੰ ਕਿਸੇ ਨਾ ਕਿਸੇ ਪੱਖੋਂ ਕੋਈ ਨਾ ਕੋਈ ਰਾਹਤ ਦਿੱਤੀ ਜਾਂਦੀ ਆ। ਪਰ ਇਹਦੇ ਵਿੱਚ ਤਾਂ ਮੈਂ ਸਮਝਦਾ ਵੀ ਬਿਲਕੁਲ ਹੀ ਜਿਵੇਂ ਕਹਿੰਦੇ ਆ ਸਾਫ਼ ਹੀ ਕਰਤੇ, ਔਰ ਜ਼ਿਆਦਾਤਰ ਜਿਹੜੀ ਮਦਦ ਬਿਹਾਰ ਵਰਗਿਆਂ ਨੂੰ ਜਿਨ੍ਹਾਂ ਦੇ ਸਿਰ 'ਤੇ ਸਰਕਾਰ ਚੱਲਦੀ ਆ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਮਾਲੀ ਮਦਦ ਨਾਲ ਰਜਾਉਣਾ, ਮੈਂ ਤਾਂ ਕਹਾਂਗਾ ਮਤਲਬ ਇੱਕ ਕਿਸਮ ਦਾ ਦੂਜਿਆਂ ਨੂੰ ਜ਼ਰੂਰ ਅਹਿਸਾਸ ਹੋ ਰਿਹਾ ਵੀ ਅਸੀਂ ਕਿਸ ਖਾਂ ਥਾਂ 'ਤੇ ਖੜ੍ਹੇ ਹਾਂ। ਸੋ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਕਿ ਪੰਜਾਬੀਆਂ ਨੂੰ ਤਾਂ ਬੜੀ ਵੱਡੀ ਨਿਰਾਸ਼ਾ ਹੋਈ ਆ। ਅੱਜ ਜਿਹੜੇ ਚੈਲੇਂਜ ਨੇ, ਸਭ ਤੋਂ ਵੱਡਾ ਚੈਲੇਂਜ ਆ ਪਾਣੀ ਦਾ, ਪਾਣੀ ਦੀ ਸਮੱਸਿਆ, ਪਾਣੀ ਦੀ ਘਾਟ, ਪਾਣੀ ਦੇ ਭਵਿੱਖ ਵਿੱਚ ਖਤਰੇ ਜਿਹੜੇ ਨੇ ਉਹਨਾਂ ਨੂੰ ਹੱਲ ਕਰਨ ਦਾ ਕੋਈ ਉਪਾਅ ਨਹੀਂ। ਫਿਰ ਦੂਜਾ ਐਗਰੀਕਲਚਰ ਸੈਕਟਰ ਦੀ ਜਿਹੜੀ ਅਹਿਮੀਅਤ ਇਕਨੋਮਿਕ ਸਰਵੇ 'ਚ ਦਿਖਾਈ ਗਈ ਉਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਸੋ ਇਹ ਜ਼ਰੂਰੀ ਸੀ ਇਹ ਗੱਲਾਂ ਜਿਹੜੀਆਂ ਨਹੀਂ ਹੋਈਆਂ ਉਹਦੇ 'ਚ।